ਸੱਚ ਸਿਆਣੇ ਕਹਿ ਗਏ ਆ ਕਿ ਲੋਕ ਤਰੱਕੀ ਨਹੀਂ ਕਰਦੇ। ਸੀਸੀਟੀਵੀ ਤਸਵੀਰਾਂ ਦੇਖੋ, ਸਿਆਣਿਆਂ ਦੀ ਗੱਲ ਸੱਚ ਹੁੰਦੀ ਦਿਖਾਈ ਦੇਵੇਗੀ। ਤਾਂ ਦੱਸ ਦਈਏ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਗਲੀ ਦੇ ਵਿੱਚ ਖੜੀ ਇੱਕ ਐਕਟਿਵਾ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਜਾਂਦੀ ਹੈ। ਦਰਅਸਲ ਇੱਕ ਸ਼ਖਸ ਹੈ ਜਿਸ ਦੇ ਮੂੰਹ 'ਤੇ ਨਕਾਬ ਬੰਨਿਆ ਹੋਇਆ ਸੀ। ਇਹ ਨਕਾਬ ਪੋਸ਼ ਸ਼ਖਸ ਸਿੱਧਾ ਗਲੀ ਦੇ ਵਿੱਚ ਵੜਦਾ ਹੈ। ਇਸ ਦੇ ਹੱਥ ਦੇ ਵਿੱਚ ਪੈਟਰੋਲ ਦੀ ਬੋਤਲ ਫੜੀ ਹੁੰਦੀ ਹੈ ਅਤੇ ਸਿੱਧਾ ਜਾ ਕੇ ਐਕਟਿਵਾ 'ਤੇ ਪੈਟਰੋਲ ਛਿੜਕ ਦਿੰਦਾ ਹੈ, ਜਿਸ ਤੋਂ ਬਾਅਦ ਦਿੱਲੀ ਲਾ ਕੇ ਫਰਾਰ ਹੋ ਜਾਂਦਾ ਹੈ। ਅੱਗ ਲੱਗਣ ਤੋਂ ਬਾਅਦ ਐਕਟਿਵਾ ਦੇ ਵਿੱਚ ਬਹੁਤ ਤੇਜ਼ ਧਮਾਕਾ ਹੁੰਦਾ ਹੈ, ਜਿਸ ਤੋਂ ਬਾਅਦ ਪੂਰੀ ਗਲੀ ਮੁਹੱਲਾ ਬਾਹਰ ਆ ਜਾਂਦੇ ਨੇ। ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਨੂੰ ਲੱਗਿਆ ਕਿ ਕਿਸੇ ਫਾਲਟ ਕਾਰਨ ਜਾਂ ਫਿਰ ਐਕਟਿਵਾ ਗਰਮ ਹੋ ਗਈ ਸੀ ਤਾਂ ਕਰਕੇ ਸੜ ਗਈ ਹੋਣੀ ਹੈ, ਪਰ ਜਦ ਸੀਸੀਟੀਵੀ ਚੈੱਕ ਕੀਤੇ ਗਏ ਤਾਂ ਪੈਰਾਂ ਹੇਠੋਂ ਪਰਿਵਾਰ ਦੇ ਜ਼ਮੀਨ ਨਿਕਲ ਗਈ। ਤਾਂ ਦੱਸ ਦਈਏ ਕਿ ਕੋਈ ਸ਼ਖਸ ਨਕਾਬ ਬੰਨ ਕੇ ਆਇਆ ਸੀ, ਇਹਨਾਂ ਦੀ ਸਕੂਟੀ ਨੂੰ ਅੱਗ ਲਾ ਕੇ ਫਰਾਰ ਹੋ ਗਿਆ। ਤਾਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਿਨ ਬਰ ਦਿਨ ਜਿਹੜਾ ਕ੍ਰਾਈਮ ਹੈ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਕੀ ਕਹਿਣਾ ਪਰਿਵਾਰਕ ਮੈਂਬਰਾਂ ਦਾ, ਆਓ ਜਾਣਦੇ ਹਾਂ। ਅਤੇ ਸੜਨ ਤੋਂ ਬਾਅਦ ਵਾਲੇ ਜਿਹੜੇ ਤਸਵੀਰਾਂ ਨੇ ਐਕਟਿਵਾ ਦੀਆਂ ਉਹ ਵੀ ਤੁਹਾਨੂੰ ਦੱਸਾਂਗੇ। ਪਤਾ ਨਹੀਂ, ਅਸੀਂ ਤਾਂ ਸਕੂਟਰ ਖੜਾ ਕਰਕੇ ਰਾਤ ਸੌਂ ਗਏ ਹਾਂ, ਸੁੱਤੇ ਉੱਠੇ ਹਾਂ ਤਾਂ ਸਵੇਰੇ ਰਾਤੀ 2:30 ਵਜੇ ਨਾਲ ਇਹਨਾਂ ਨੇ ਆਵਾਜ਼ ਮਾਰੀ, ਅੱਗ ਲੱਗੀ, ਇਹਦੇ ਭਵਾਕੇ ਵੱਜੇ ਉੱਤੇ ਦੇਖਿਆ। ਫਿਰ ਮੈਂ ਤਾਂ ਸੁੱਤੀ ਪਈ, ਮੈਨੂੰ ਪਤਾ ਹੀ ਕੌਣ, ਮੈਨੂੰ ਸਵੇਰੇ ਪਤਾ ਚੱਲਿਆ ਅੱਗ ਦਾ, ਕਹਿੰਦੇ ਭਵਾਕਾ ਇੱਧਰ ਗਿਆ। ਪਤਾ ਲੱਗਿਆ ਕੌਣ ਲੱਗ ਗਿਆ? ਹਾਂ, ਇਹ ਨਹੀਂ ਪਤਾ ਲੱਗਾ ਜੀ, ਮੂੰਹ 'ਤੇ ਕੱਪੜਾ ਕਹਿੰਦੇ ਲਪੇਟਿਆ ਉਹਦੇ 'ਚ। ਉਹ ਵੇਖ ਲਓ ਨਾ ਟੀ ਵੀ 'ਚ ਜੋ ਕੁਝ ਕੈਮਰੇ 'ਚ ਆਇਆ, ਵੇਖ ਸਾਰੇ ਤੋਂ ਜ਼ਿਆਦਾ ਸ਼ਰੀਫ ਹੈ, ਇਹਨੂੰ ਪੁੱਛੋ। ਹਾਂ, ਸ਼ਰੀਫ ਲੜਕਾ ਕੋਈ ਨੀ, ਅਜੇ ਆਈ, ਰਿਪੋਰਟ ਲਿਖਾ ਕੇ ਆਏ, ਅਜੇ ਤੱਕ ਦੇਖਣ ਨੀ ਆਏ। ਬੰਸ ਨੂੰ ਬੁਲਾਇਆ, ਅਜੇ ਤੱਕ ਉਹ ਨਹੀਂ ਆਇਆ। ਇੱਥੇ 2-3 ਵਾਰੀ ਕਾਂਡ ਹੋ ਚੁੱਕੇ ਆ ਜੀ, ਕਦੀ ਗੱਡੀਆਂ ਦੇ ਸ਼ੀਸ਼ੇ ਟੁੱਟਦੇ ਆ ਅਤੇ ਕਦੀ ਇਹ ਰਾਤ ਨੂੰ ਸਕੂਟਰੀ ਨੂੰ ਕੋਈ ਅੱਗ ਲਗਾ ਗਿਆ 2 ਵਜੇ ਨਾਲ, ਬਹੁਤ ਜ਼ੋਰ ਕੇ ਬਲਾਸਟ ਹੋਇਆ, ਕਾਫੀ ਘਰਾਂ ਦਾ ਨੁਕਸਾਨ ਹੋ ਗਿਆ, ਸਕੂਟਰੀ ਪੂਰੀ ਜਲ ਚੁੱਕੀ ਹੈ। ਇਹ ਸਕੂਟਰੀ ਸਾਡੇ ਸਾਹਮਣੇ ਹੀ ਹੈ ਜੀ, ਉਹਨਾਂ ਦੀ ਹੈ, ਗੁਆਂਢੀ ਹੈ ਸਾਡੇ, ਉਹਨਾਂ ਦੀ ਸਕੂਟਰੀ ਸੀ, ਬਿਲਕੁਲ ਜਲ ਕੇ ਸਵਾਹ ਹੋ ਚੁੱਕੀ ਹੈ। ਕਿੰਨੇ ਬੰਦਿਆਂ ਨੇ ਅੱਗ ਲਾ ਕੇ? ਇਹ ਕੈਮਰੇ 'ਚ ਦੇਖਿਆ ਗਿਆ ਜੀ, 2 ਬੰਦੇ ਮੋਟਰਸਾਈਕਲ 'ਤੇ ਆਏ ਸੀ, ਲੇਕਿਨ ਸ਼ਕਲ ਤਾਂ ਉਹਨਾਂ ਦੀ ਦਿਖੀ ਨਹੀਂ ਹੈ। ਇੱਕ ਬੰਦਾ ਆਇਆ, ਉਸਨੇ ਕੁਛ ਸਕੂਟਰੀ 'ਤੇ ਛਿੜਕਿਆ ਹੈ ਅਤੇ ਤੀਲ ਦੂਰ ਤੋਂ ਬਾਲ ਕੇ ਸੁੱਟ ਦਿੱਤੀ। ਕਹਿੰਦੇ ਪਹਿਲੀ ਤੀਲੀ ਬਾਲੀ, ਉਹਦੇ ਨਾਲ ਅੱਗ ਨਹੀਂ ਲੱਗੀ? ਹਾਂਜੀ ਹਾਂਜੀ। ਦੂਜੀ ਤੀਲੀ ਬਾਲ ਕੇ ਫਿਰ ਉਹਨਾਂ ਨੇ ਸੁੱਟ ਕੇ ਅੱਗ ਲਗਾ ਦਿੱਤੀ ਹੈ। ਪਤਾ ਨਹੀਂ, ਕੋਈ ਇੱਦਾਂ ਦੀ ਦੁਸ਼ਮਣੀ ਨਹੀਂ ਹੈ, ਕੋਈ ਕਿਸੇ ਨਾਲ ਨਹੀਂ, ਮਿਲਣਸਾਰ ਪਰਿਵਾਰ ਹੈ, ਸਾਨੂੰ ਇੱਥੇ ਰਹਿੰਦਿਆਂ ਨੂੰ 30-32 ਸਾਲ ਹੋ ਗਏ ਹੈ, ਕੋਈ ਇੱਦਾਂ ਦੀ ਇਹਨਾਂ ਦੇ ਪਰਿਵਾਰ ਨਾਲ ਕੋਈ ਇੱਦਾਂ ਦੀ ਹੈ ਨਹੀਂ। ਪਹਿਲਾਂ ਕਦੀ ਇੱਦਾਂ ਹੋਇਆ ਕਿ ਕਦੀ ਪਹਿਲਾਂ ਵੀ ਕਿਸੇ ਚੀਜ਼ ਨੂੰ ਅੱਗ ਲਾਈ ਹੋਵੇ ਰਾਤ ਨੂੰ? ਨਹੀਂ, ਅੱਗ ਨਹੀਂ ਲਾਈ, ਆਪਣੇ ਗੱਡੀਆਂ ਦੇ ਸ਼ੀਸ਼ੇ 2 ਦੇ ਤੋੜੇ ਗਏ ਆ। ਅੱਛਾ ਜੀ। 2 ਗੱਡੀਆਂ ਦੇ ਸ਼ੀਸ਼ੇ ਤੋੜ ਕੇ ਕੀਤਾ ਗਿਆ। ਪੁਲਿਸ ਦੇ ਕੋਲ ਗਏ ਸੀ ਜੀ, ਹੁਣ ਪੁਲਿਸ ਹਾਲੇ ਤਾਈਂ ਤਾਂ ਮੇਰਾ ਖਿਆਲ ਆਈ ਨਹੀਂ ਹੈ, ਬਾਕੀ ਗਏ ਸੀ, ਰਿਪੋਰਟ ਲਿਖਾ ਦਿੱਤੀ ਹੈ।